ਯਾਰੀ ਆਪਣੀ ਜਾਤ ਤੇ ਖੂਨ ਵਾਲੀ ਗੱਲ ਆਪਣੀ ਜਾਤ ਤੇ ਇਹ ਕੋਈ ਮਸਲਾ ਸੀ ਇਹ ਤੇ ਤੁਹਾਨੂੰ ਕੋਈ ਨਹੀਂ ਬੋਲਦੇ ਇਹ ਮੋੜੇ ਕੀ ਲੈਣੇ ਵੇਖ ਅੱਪਾ ਤੇਰਾ ਖੁਦਾ ਰਕੇ ਸਹੀ ਬਾ ਕਿਹੜੇ ਵੇਂਦਾ ਪਈ ਸ਼ਫੀਕਾਂ ਅਬਾ ਮੈਂ ਵੇਂਦਾ ਪਿਆ ਮੇਰੇ ਯਾਰ ਇੰਨਾ ਜਿਹੜੇ ਦੋਸਤ ਉਨੀ ਤੱਕ ਵੇਂਦਾ ਪਿਆ ਸ਼ਾਮ ਤੱਕ ਵਾਲਮ ਸਾਹਿਬ ਮੇਰਾ ਪੁੱਤਰ ਆਪਣੀ ਔਕਾਤ ਨਾ ਭੁੱਲਿਆ ਕਰ ਠੀਕ ਹੈ ਨਾ ਆਪਣੀ ਔਕਾਤ ਇੱਥੇ ਰਹਿ ਤੇ ਗੱਲ ਕੀਤੀ ਕਰ ਇਤਨਾ ਵੱਡਾ ਜ਼ਿੰਮੇਦਾਰ ਤੂੰ ਕਹਿਣਾ ਹੈ ਜਿਤਨਾ ਆਪਕੋ ਸਮਝੀ ਵਧੀ ਗਰੀਬੇ ਨਾਲ ਮੇਰਾ ਪੁੱਤਰ ਹਮਦਰਦੀ ਤੇ ਪਿਆਰ ਗਰੀਬੇ ਨਾਲ ਆਪਣੇ ਬਰਾਬਰ ਦੇ ਨਾਲ ਹੋਣਾ ਚਾਹੀਦਾ ਸਮਝਮ ਤੂੰ ਡਾਢੇ ਨਾਲ ਯਾਰ ਤੇ ਡਾਢੇ ਪਿਆਰ ਹਨ ਇਹ ਲੋਕ ਮਤਲਬ ਫਰੋਸ਼ ਹੁੰਦੇ ਹਨ ਯਾਰ ਅਬਾ ਮੇਰੇ ਯਾਰਾਂ ਦੇ ਨਾਂ ਨਾ ਤੂੰ ਹੀ ਮੈਂ ਨਾ ਆਖਿਆ ਕਰ ਮੇਰੇ ਯਾਰ ਨੇ ਮੇਰੇ ਕੋ ਪਤਾ ਹੋ ਕੇ ਜਨ ਮਤਲਬ ਫਰੋਸ਼ ਤੇ ਕਹਿ ਆਖੇ ਮਤਲਬ ਫਰੋਸ਼ ਹੈ ਚਲੋ ਮੇਰਾ ਪੁੱਤਰ ਇਹ ਗੱਲ ਵਾਰ ਯਾਦ ਰੱਖੀ ਜੋ ਵੱਡਿਆਂ ਦੀ ਅਖਾਣ ਸੱਚੀ ਹੁੰਦੀ ਹੈ ਠੀਕ ਹੈ ਜਿਵੇਂ ਲੈ ਤੇ ਕੋ ਆਪਣੀ ਔਕਾਤ ਤੇ ਹਸੀਆ ਦੀ ਆਦਮ ਸੇ ਵਾਲਾ ਮੈਂ ਤੇ ਕੋ ਯਾਦ ਦਿਵੇ ਸਾਂ ਜੋ ਕਿਵੇਂ ਤੇਰੇ ਦੋਸਤ ਹਨ ਚਲੋ ਯਾਰ ਉਹ ਟਾਈਮ ਹਮ ਸੇ ਦੇਖ ਗਿਮ ਸੋ ਤੂੰ ਮੇਰੇ ਯਾਰਾਂ ਦੇ ਨਾਂ ਆਖਿਆ ਕਰ ਠੀਕ ਹੈ ਠੀਕ ਹੈ ਮੇਰਾ ਪੁੱਤਰ ਠੀਕ ਹੈ ਚਲੋ ਹੁਣ ਮੈਂ ਵੇਂਦਾ ਪਿਆ ਵਾਲਾ ਚਲੋ ਜਿਵੇਂ ਤੇ ਕੋ ਸੋਹਣੀ ਲੱਗੇ ਉਹ ਕਰ ਮੇਰਾ ਪੁੱਤਰ ਜੀ ਜੀ ਦੇਖ ਨਵਿਆਂ ਯਾਰਿਆਂ ਤੇ ਨਵੇਂ ਹਿਸਾਬ ਕਿਤਾਬ ਲਈ ਵਧੀ ਅੱਜ ਤੱਕ ਸਹੀ ਪੈਸੇ ਵਾਲੇ ਲੋਕ ਹਨ ਜਿਹੜੇ ਉਹ ਕਹੀ ਕੋ ਪਕੜਿਆ ਤਾਂ ਕੋਨੀ ਪੁੱਤਰ ਮੇਰਾ ਸਿਰੇ ਬਾਸੀ ਹੈ ਵਧੇ ਯਾਰਿਆਂ ਨਹੀਂ ਫੇਂਦਾ ਬਾਜੇ ਤੱਕ ਹੀ ਕਹਿੰਦੇ ਪੈਸਾ ਹੈ ਤਾਂ ਖੰਭਦੇ ਪੀਂਦੇ ਰਹੇ ਸਨ ਜੇ ਲੈ ਪੈਸਾ ਖਤਮ ਥੀ ਗਿਆ ਬਲਾ ਕੋ ਆਪਣੀ ਔਕਾਤ ਯਾਦ ਹਮ ਸੇ ਜ਼ਰੂਰ ਆਪਣੀ ਮਰਜ਼ੀ ਕਰੇ ਮੈਂ ਕਿਆ ਆਖ ਸਕਦਾ ਯਾਰ ਆ ਉਹ ਤੇਰੀ ਇੰਤਜ਼ਾਰ ਬੜੇ ਤੂੰ ਇੱਥੇ ਵਧੀ ਛਾ ਬਈ ਯਾਰ ਮੈਂ ਆਉਂਦਾ ਪਿਆ ਮੈਂ ਅੱਬਾ ਰੋਕ ਕੇ ਦੇ ਪਤਾ ਨਹੀਂ ਅੱਬੇ ਦਾ ਦਿਮਾਗ ਖਰਾਬ ਛਾ ਉਹਦੇ ਪਤਾ ਕੀ ਚੱਲ ਜੁਲੂ ਆ ਬਈ ਨਦੀਮਾ ਯਾਰ ਆ ਮੇਰੇ ਕੋ ਜੋ ਪੱਠੇ ਸੇ ਵਨ ਸ਼ਬੀਕ ਕੋ ਸਦਾ ਕਿਤਨਾ ਰਹਿ ਗਏ ਯਾਰ ਉਹ ਵੀ ਹੁਣ ਅਕੜੀਲ ਠੀਕ ਹੈ ਸਵੇਰੇ ਦਾ ਸਦੇ ਦੇਖ ਲੂ ਤੇ ਜੰਟ ਨਹੀਂ ਆਇਆ ਓਏ ਸਹੀ ਗਰੀਬ ਲੋਕ ਹੀ ਹੁੰਦੇ ਨੇ ਟੰਡਰੀ ਜਵੇ ਨੇ ਯਾਰ ਆਖਿਆ ਤੂੰ ਸੱਚ ਬਈ ਉਤਨੇ ਤੱਕ ਯਾਰ ਇਹ ਜਿਤਨੇ ਤੇ ਆਪਣੇ ਪੈਸਾ ਹੈ ਜੇ ਲੈ ਪੈਸਾ ਖਤਮ ਯਾਰ ਹੀ ਖਤਮ ਅੱਛਾ ਇਹ ਸ਼ਫੀਕ ਕੋ ਭੋਲੂ ਪਰ ਹੀ ਵਦਨ ਮੈਂ ਵਾਂਟੀ ਨੇ ਅੱਬੇ ਕੋ ਵਾਂਟੇ ਆਖਾਂ ਤੇਰੇ ਬਾਪ ਬਾਲ ਭੋਲੂ ਪਰ ਹੀ ਵਦਨ ਹਾਜ਼ਰ ਠੀਕ ਆ ਪੁੱਤ ਤੇਰਾ ਕੀ ਹਾਲ ਹੈ ਬਾ ਠੀਕ ਰਹਿ ਗਈ ਅੱਛਾ ਜੇ ਤੇਰਾ ਪੁੱਤ ਹੈ ਨਾ ਹਾਂ ਉਹ ਕੁੜਾ ਜਰਮ ਦੇ ਜੇ ਯਾਰ ਹੈ ਨਾ ਸਿਰਫ ਖਾਣ ਦੇ ਪਿੱਛੇ ਨੂੰ ਵੱਧ ਨਹੀਂ ਚੇਉਂਦੇ ਨਾਲ ਮੇਰਾ ਪੁੱਤਰਾ ਮੈਂ ਹੂੰ ਕੋ ਸਮਝਾ ਸਮਝਾ ਤੇ ਥੱਕ ਗਿਆ ਯੱਕਾ ਸਮਝੇ ਨਾ ਜੋ ਮੇਰਾ ਆਖਿਆ ਮਨੇ ਮੈਂ ਕੀ ਕਰਾਂ ਦੱਸ ਹੁਣ ਜਵਾਨ ਪੁੱਤਰੇ ਲਾੜੀ ਨਮ ਸਕਦਾ ਹੂੰ ਕੋ ਆਖ ਹੀ ਨਮ ਸਕਦਾ ਮੈਂ ਕਿਹਾ ਪੁੱਤਰਾ ਆਪਣੀ ਮਰਜ਼ੀ ਕਰ
मैं को पहले समझदा लगा। मैं कहा पोत्र जे तक तेरे पैसे न सारे तेरे दोस्त न, जिले पैसा खत्म थी गया ना नेड़े कहने लग सन। मैं पुत्र बीमार रहंदा, तबीयत खराब रहंदी है, वो अपनी मर्जी वदा करने। मैं उक नहीं रुकेदा हूं, जो कुछ कर मैं कहा तेरी मर्जी अपनी गाल है ते भावे रखे। मेरा जे तक पोतरा वासा मेहनत मजदूरियां कर ते जायदादा कठिया कर ते मैं हूं उजाड़ा करे ते भावे रखे, मेरे को कोई इतराज कह नहीं होगा। मैं लोग तो सुनता आराम से अपनी पोट को तो सुन झलो। अब्बा मैं दाढ़ा रोके मैं दाढ़ा था जो रोक रोक थक गया हूं। मैं कहा तू अपनी मर्जी कर मेरा पोत, उजाड़े ते भावे रखे, मेरे को हूं मैं कहा मेरा जवाब है। क्या चले अब्बा तबीयत खराब है मेरा पोत। चाचे ही तबीयत खराब है मेरा पोतरा। अब तबीयत खराब है सोना साईं। अच्छा ओए ओए ये देखो आंत कर दी। ये तो काल कहां है बोल। एक मेरे तो चार दिन हुआ है, ये वो दाखिल करता हूँ उसे। ठीक है कर दो। ये को दिल का मसला भी है, नाली की छाती भी बांध है। ठीक है ये को गेंजो लाई दो दाखिल करो। वाह साके वाह वान ते मेरे पोट को दा सडा। मैं सो कुछ जान ज्ञान तो रो का के मैं आके मेरा काके को से जान। चलो ठीक है ठीक है मेरा पोत्र ठीक है ठीक है मेरा सो। ओ हम दे पियो से मन। चलो ठीक है मेरा पोत्र। दाखिल क्या मसला है अच्छा।
خون دی بوتل ہسپتال وچ ہوئے تے لا جو ایتھا تا کہنی تو اپنے بندے کہنا اوپر چیک کر کے لا دے چلو سنگے دوست نال ہیں تے میں انہیں کو کہنا تے بلا تو سا ہن سیدھا سیل پین چیک کر چیک کر کے تا ویسے تو کون تا کو دو واسطے جی ہاں چاچا فکر نہ کر اسا تیرے نال ویسے گھبرا نہ بابا گھبرا نہ اسا تیرے نال ویسے چاچا کیا تھی یہ بس بہت طبیعت گاڑی خراب ہے میرا بچہ एक वो खून की बोतल लग से ठीक है एक दूसरे बीमारी कटे बुखार भी तेज है 104 दे ठीक है दिल का भी मसला है एक खून बिल्कुल नहीं सड़ गया अच्छा सी मेरे दोस्त खड़े ने इनका चेक करे तू एक ना एक ने विचो जिंदा लगे ला जो पता करो के कह गया और केड़ा यार मेरा कुर्बानी दे से मेरे वालों मेरे पियो को खून दी जरूरत है आबेद मेरे वाले साहब को यार खून दे यार मैं नहीं दे सकता मैं आगे कमजोर बंदा मैं नहीं दे सकता यार बाबू तू मेरे वाले साहब को यार खून दे यार खून ना बाबा ना खून सुन वाली यारी कोनी यारी अपनी जात से खून वाली गाल अपनी जात है खून सहमे का जी सही कोनी में नहीं बोलिया ना बाबा पावे दे क्यों कोई यारी सारी नहीं यार नदीम तू खून दे वे यार अल्लाह दा नाम मन मेरे वाले साहब को खून दो यार यार मैं सहनम दे देता मैं मेरी चाय अभी तो पहले रेत में दे दे मैं वे ना तो मैं खून से यारी का नहीं अब आ सहने का जी सही अब आ खादे यारी दा खट्टा मेरे लिए दा बा मैं मरा ते भावे बचा कोई गाल नहीं पर अपनी यारी का अंदाजा देख गिदाओ सी मेरा पोतरा मैं तेको कहना ना जो गरीब दुखे वक्त पकड़ते रहने एक खाऊ यार है मेरा पोत अब तू टेंशन ना कर मैं होने को खून दी बोतल इंतजाम करते अंदर काम है 5 मिनट चाहिए चाचा सिंह क्या हाल है तबियत सुनाओ केरे गया तुरा पा अपा ओ गए फरुखानी दो खून दी बोतल दा पता करा मैं को वाके डॉक्टर साहब जो खून दी बोतल लग से तेरे को यह पता करा गे बा ओ चाचा मैं तो खून ले ना मैं तो तेरी बालियां ली कर रहा ठीक है पतला तेरी बड़ी मेहरबानी बच्चा अस्सलाम वालेकुम खून मैं देना क्या बंदा तो सही तुम्हारा खत्म थे आप बंदा खत्म था पे होने का जिंदा जाना छोड़ते कहना सही बंदा तुम्हारा मुख्य आप है सही सदो डॉक्टर साहब सदो चेक करे सही करे अब्बा
फेर कर दे तू अब्बा सही अब्बा सही अस्सलाम वालेकुम। आज का जरा सारा ड्रामा का मौजू है ना ही तरीके का है कि जो गरीब लोग है ना वो थोड़े उच्चे उच्चे बंदे नाल यारी रखन पाए वेंदे जिले यारी रखन पाए वेंदे जिले औखा टाइम आंदे तो सर ही ड्रामे तो डिठा होसे वड्डे लोग जरे नो बिल्कुल ट्रेकड़े खड़दे गए नहीं तो ए वे तो को सा मैसेज भी रहंदे पियो कि अपनी बराबर दे नाल यारी रखी करो अपने वड्डे नाल यारी ना रखी करो तो ड्रामे दे सारा को देख के दो से समझदार हो सारा को समझ गयो सो सारे चैनल को सब्सक्राइब भी करो वीडियो को लाइक कर दियो तो मिल दो इंशाल्लाह ऐसी नवी वीडियो दे तब तक ले दीजिए इजाजत अल्लाह हाफिज़ और शेयर लाजमी करनी है।